أعوذ بالله من الشيطان الرجيم بسم الله الرحمن الرحيم السلام علیکم دوستو امید ہے سب دوست سب بھائی سب ویور خیریت نال ہو دے دوستو میں محمد عمران اسلم وڑائی تسی دیکھ رہے ہو اپنا مویشی منڈی ٹی وی دوستو آج تہاڈے واسطے ایک گاں دی ویڈیو لے کے آئے ہیں وڈی گاں ماشاء اللہ جی 12 جانور دی وڈیاں دے کام اونجی وڈے ہوندے نے تھن موٹا موٹ موٹ تھن کراس گاں دوستو ਸਾਹੀਵਾਲ ਅਤੇ ਸ੍ਰੀ ਜਿਨ ਕਰਾਸ ਹੈ ਜੀ ਮਾਸ਼ਾ ਅੱਲਾ ਜੀ ਬਾਕੀ ਥਾਣ ਚੱਡਾ ਤੁਹਾਡੇ ਸਾਹਮਣੇ ਜਿਸਮ ਵਜ਼ਨ ਵੇਲ ਹੈ ਜੀ ਦੇਖੋ ਰੰਗ ਅਤੇ ਬਾਕੀ ਦੋਸਤੋ ਅੱਲਾ ਪਾ ਖੈਰ ਕਰੇ ਖੈਰ ਹੋਣੀ ਚਾਹੀਦੀ ਦੋਸਤੋ ਗਾਂ ਸੂਣ ਵਾਲੀ ਹੈ ਦਿਹਾੜੇ 10 ਕੱਟ ਜੇ 8 ਕੱਟ ਜੇ 12 ਕੱਟ ਜੇ ਲਾਏ ਪਈ ਹੈ ਗਾਂ ਸੌਖਾ ਜਾਨਵਰ ਜੀ ਥਾਣ ਚੱਡੇ ਵਾਲੀ ਗਾਂ ਹੈ ਮਾਸ਼ਾ ਅੱਲਾ ਜੀ ਮਜ਼ਬੂਤ ਜਿਸਮ ਦੀ ਮਜ਼ਬੂਤ ਬਾਡੀ ਦੀ ਲੈਣੇ ਦੇਣੇ ਦੋਸਤੋ ਨਸੀਬ ਨੇ ਬਾਕੀ ਨੰਬਰ ਸਕਰੀਨ 'ਤੇ ਚੱਲ ਰਹੇ ਨੇ ਆਈ ਸਾਹਿਬ ਦੇ ਜੀ ਦੋਸਤੋ ਗਾਂ ਦੀ ਜਿਹੜੀ ਡਿਮਾਂਡ ਹੈ ਜੀ 3 ਲੱਖ ਅਤੇ 85,000 ਰੁਪਇਆ ਕਿਸੇ ਦੋਸਤ ਕਿਸੇ ਭਾਈ ਨੂੰ ਪਸੰਦ ਹੋਵੇ ਕਿਸੇ ਦੇ ਮਤਲਬ ਦੀ ਹੋਵੇ ਉਹ ਰਾਬਤਾ ਕਰ ਸਕਦਾ ਬਾਕੀ ਅੱਗੇ ਨਸੀਬ ਨੇ ਦੋਸਤੋ ਸਾਡੇ ਤੁਹਾਡੇ ਮਾਸ਼ਾ ਅੱਲਾ ਜੀ ਵੱਡਾ ਜਾਨਵਰ 30-32 ਲੀਟਰ ਦੁੱਧ ਦੇਣ ਵਾਲਾ ਜੀ ਅੱਲਾ ਪਾ ਕਰੇ ਜ਼ਿੰਦਗੀ ਕਰੇ ਅੱਲਾ ਜੀ ਸਾਹ ਲੰਮੇ ਕਰੇ ਜੀ ਜਿਹੜਾ ਲੈ ਜਾਏ ਜੀ ਅਤੇ ਬਾਕੀ ਦੋਸਤੋ ਖਲੀ ਜਿਹੜੀ ਹੈ ਜ਼ਿਲ੍ਹਾ ਸਰਗੋਧਾ ਵਿੱਚ ਥਾਣਾ ਜਾਵਰੀਆਂ ਚੱਕ ਹਯਾਤਪੁਰ ਬੇਰਾ ਇੰਟਰਚੇਂਜ ਸਾਲਮ ਇੰਟਰਚੇਂਜ ਦੇ ਨਜ਼ਦੀਕ ਹੀ ਡੇਰਾ ਜੀ ਹਾਜੀ ਮੁਹੰਮਦ ਅਸਲਮ ਵੜਾਇਤ ਸਾਹਿਬ ਕੋਲ ਜੀ ਅਗਾਂਹ ਮੌਜੂਦ ਹੈ ਜੀ ਅੱਲਾ ਪਾਕ ਦਾ ਮਾਲ ਹੈ ਜੀ ਅੱਲਾ ਪਾਕ ਇਹਦੇ ਸਾਹ ਲੰਮੇ ਕਰੇ ਜੀ ਅੱਲਾ ਨੇ ਬਖਤ ਲਾਏ ਅੱਲਾ ਇੱਕ ਦੀਆਂ ਦੋ ਕਰੇ ਜੀ ਬਾਕੀ ਦੋਸਤੋ ਹੋ ਸਕੇ ਵੀਡੀਓ ਲਾਈਕ ਕਰ ਦੇਣੀ ਸ਼ੇਅਰ ਕਰ ਦੇਣੀ ਜੀ ਮਾਸ਼ਾ ਅੱਲਾ ਜੀ ਅੱਲਾ ਪਾਕ ਇਸ ਜਾਨਵਰ ਦੀ ਜ਼ਿੰਦਗੀ ਕਰੇ ਜੀ ਲੈਣੇ ਦੇਣੇ ਨਸੀਬ ਨੇ ਸੋਚਦੇ ਨਸੀਬਾਂ ਦੇ ਦੋਸਤੋ ਲੇਕਿਨ ਦੋਸਤੋ ਜਾਨਵਰ ਵਿੱਚ ਇਨਸ਼ਾ ਅੱਲਾ ਕੋਈ ਸ਼ੱਕ ਨਹੀਂ ਹੋਣ ਲੱਗਾ ਠੀਕ ਹੋ ਗਿਆ ਦੋਸਤੋ ਦੁਆਵਾਂ ਯਾਦ ਰੱਖਣਾ ਹੈ ਆਪਣਾ ਖਿਆਲ ਰੱਖਣਾ ਹੈ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਅੱਲਾ ਹਾਫਿਜ਼ ਜੀ ਅੱਲਾ ਨਿਗਹਬਾਨ ਹੈ ਜੀ